ਪੰਜਾਬ ਦੇ ਨਵੇਂ ਰਾਜਪਾਲ ਵੀ ਪੀ ਸਿੰਘ ਬਦਨੌਰ ਅੱਜ ਚੁੱਕਣਗੇ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ। ਪੰਜਾਬ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਐਸ ਜੇ ਵਜ਼ੀਫਦਾਰ ਚੁਕਾਉਣਗੇ ਸਹੁੰ। ਸ਼ਾਮ 4 ਵਜੇ ਹੋਏਗਾ ਪੰਜਾਬ ਰਾਜ ਭਵਨ ਵਿੱਚ ਸਹੁੰ ਚੁੱਕ ਸਮਾਗਮ। ਕਾਂਗਰਸ ਨੇਤਾ ਸੁਨੀਲ ਜਾਖੜ ਨੇ ਸੂਬਾ ਸਰਕਾਰ 'ਤੇ ਲਾਇਆ ਮਹਿੰਗੀ ਬਿਜਲੀ ਖਰੀਦਣ ਦਾ ਇਲਜ਼ਾਮ। ਬੋਲੇ ਸੂਬਾ ਸਰਕਾਰ ਨੇ ਨਿੱਜੀ ਘਰਾਣਿਆਂ ਨੂੰ ਪਹੁੰਚਾਇਆ ਫਾਇਦਾ। ਮੌਨਸੂਨ ਸੈਸ਼ਨ ਵਿੱਚ ਚੁੱਕਾਂਗੇ ਮੁੱਦਾ। ਹਰਚਰਨ ਸਿੰਘ ਬੈਂਸ ਨੇ ਇਲਜ਼ਾਮਾਂ ਨੂੰ ਦੱਸਿਆ ਬੇਬੁਨਿਆਦ। ਪੰਜਾਬ 'ਚ ਅੱਜ ਬੀਜੇਪੀ ਦੀ ਤਿਰੰਗਾ ਯਾਤਰਾ ਦਾ ਖਟਖੜ ਕਲਾਂ ਤੋਂ ਹੋਏਗਾ ਆਗਾਜ਼। ਮਾਧੋਪੁਰ 'ਚ ਹੋਏਗਾ ਸਮਾਪਨ। ਸੂਬਾ ਬੀਜੇਪੀ ਪ੍ਰਧਾਨ ਵਿਜੇ ਸਾਂਪਲਾ ਕਰਨਗੇ ਯਾਤਰਾ ਦੀ ਅਗਵਾਈ। ਅੱਜ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ। ਆਉਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ GST ਬਿੱਲ, ਤਿਰੰਗਾ ਯਾਤਰਾ ਅਤੇ ਗਊ ਰੱਖਿਆ ਦੇ ਮੁੱਦੇ ਨੂੰ ਲੈ ਕੇ ਹੋ ਸਕਦੀ ਹੈ ਚਰਚਾ। ਅੱਜ ਤੋਂ ਸ਼ੁਰੂ ਹੋਏਗਾ ਹਿਮਾਚਲ ਪ੍ਰਦੇਸ਼ ਦਾ ਮੌਨਸੂਨ ਸੈਸ਼ਨ। ਹੰਗਾਮੇ ਦੇ ਪੂਰੇ ਆਸਾਰ। ਵਿਰੋਧੀ ਧਿਰ ਕਈ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਲਈ ਤਿਆਰ। ਵਿਧਾਨ ਸਭਾ 'ਚ GST ਬਿੱਲ ਪਾਸ ਕਰਾਏਗੀ ਸਰਕਾਰ। ਵਾਦੀ ਦੇ ਹਾਲਾਤ 'ਤੇ PM ਮੋਦੀ ਨੂੰ ਮਿਲਣ ਲਈ ਪਹੁੰਚੇ ਜੰਮੂ ਕਸ਼ਮੀਰ ਦੇ ਵਿਰੋਧੀ ਧਿਰ ਦੇ ਨੇਤਾ। ਕਸ਼ਮੀਰ ਵਿੱਚ 45 ਦਿਨਾਂ ਤੋਂ ਜਾਰੀ ਤਣਾਅ ਨੂੰ ਖਤਮ ਕਰਨ ਦੇ ਤਰੀਕਿਆਂ 'ਤੇ ਹੋਏਗੀ ਗੱਲਬਾਤ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸਾਊਦੀ ਅਰਬ 'ਚ ਬੇਰੁਜ਼ਗਾਰ ਹੋਏ ਭਾਰਤੀਆਂ ਨੂੰ ਦਿੱਤੀ ਭਾਰਤ ਵਾਪਸ ਆਉਣ ਦੀ ਸਲਾਹ। ਟਵੀਟ ਕਰਕੇ ਕਿਹਾ ਅਜਿਹੇ ਸਾਰੇ ਲੋਕਾਂ ਦੇ ਆਉਣ ਦਾ ਖਰਚਾ ਸਰਕਾਰ ਚੱਕੇਗੀ, ਨਾਲ ਹੀ ਉਹਨਾਂ ਦਾ ਬਕਾਇਆ ਵੀ ਦਿਵਾਉਣ ਵਿੱਚ ਮਦਦ ਕਰੇਗੀ। ਡੇਂਗੂ ਦਾ ਲਾਰਵਾ ਮਿਲਣ 'ਤੇ NDMC ਨੇ ਰਾਸ਼ਟਰਪਤੀ ਭਵਨ ਨੂੰ ਜਾਰੀ ਕੀਤੇ 52 ਨੋਟਿਸ। 50 ਸਫਾਰਤਖਾਨਿਆਂ ਦੇ ਨਾਲ ਦਿੱਲੀ ਦੇ ਕਈ ਵੱਡੇ ਹਸਪਤਾਲਾਂ ਅਤੇ 5-star ਹੋਟਲਸ ਨੂੰ ਵੀ ਦਿੱਤੀ ਗਈ ਚੇਤਾਵਨੀ। ਪਟਿਆਲਾ ਵਿੱਚ ਕੌਮੀ ਪੱਧਰ ਦੀ ਹੈਂਡਬਾਲ ਅਤੇ ਕਬੱਡੀ ਖਿਡਾਰੀ ਦੀ ਖੁਦਕੁਸ਼ੀ 'ਤੇ ਕਾਲਜ ਦੇ ਪ੍ਰਿੰਸੀਪਲ ਦਾ ਬਿਆਨ। ਬੋਲੇ ਕੁੜੀ ਡਿਪਰੈਸ਼ਨ ਦੀ ਸੀ ਸ਼ਿਕਾਰ। ਵਿਦਿਆਰਥਣ ਨੂੰ ਪਿਛਲੇ ਸਾਲ ਦਿੱਤੀਆਂ ਗਈਆਂ ਸਨ ਸਾਰੀਆਂ ਸਹੂਲਤਾਂ, ਤਾਂ ਇਸ ਵਾਰ ਵੀ ਨਹੀਂ ਸੀ ਕੋਈ ਦਿੱਕਤ। ਰੀਓ ਓਲੰਪਿਕ ਤੋਂ ਵਾਪਸ ਆਈ PV ਸਿੰਧੂ, ਸਵਾਗਤ ਝੂਮੜ ਪਿਆ ਹੈਦਰਾਬਾਦ। ਰੀਓ ਓਲੰਪਿਕ ਦੇ ਸਮਾਪਨ ਸਮਾਗਮ ਵਿੱਚ ਬ੍ਰੌਂਜ਼ ਮੈਡਲ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਨੇ ਲਹਿਰਾਇਆ ਭਾਰਤ 'ਚ ਤਿਰੰਗਾ।